ਮੈਂ ਦਰਸਲ ਕਿਸੇ ਇੱਕ ਹਾਸ਼ਿਆਕ੍ਰਿਤ ਸਮੂਹ ਦੀ ਗੱਲ ਇੱਥੇ ਕਰਨ ਨਹੀਂ ਆਇਆ ਮੈਂ ਗੱਲ ਉੱਥੋਂ ਸ਼ੁਰੂ ਕਰਨੀ ਹੈ ਜਿਨ੍ਹਾਂ ਦੇ ਹਵਾਲੇ ਨਾਲ ਅਸੀਂ ਸਵਾਲਟਰਨ ਦੀ ਹਾਸ਼ਿਆਕ੍ਰਿਤ ਦੀ ਬੋਲ ਦੀ ਗੱਲ ਕਰਦੇ ਹਾਂ ਸਵਾਲਟਰਨ ਜਿਹੜਾ ਸ਼ਬਦ ਹੈ ਜਾਂ ਜਿਸ ਜਿਨ੍ਹਾਂ ਨੇ ਇਸ ਸ਼ਬਦ ਨੂੰ ਪੌਪੂਲਰ ਕਰਿਆ ਜਾਂ ਬਹੁਤ ਸਟੱਡੀਜ਼ ਸ਼ਬਦ ਤੇ ਕੀਤੀ ਉਹ ਨੇ ਐਂਟੋਨੀਓ ਗ੍ਰਾਮਸ਼ੀ ਇਸ ਕਰਕੇ ਮੇਰਾ ਜਿਹੜਾ ਪਰਚਾ ਹੈ ਉਹਦੇ ਵਿੱਚ ਦੋ ਚੀਜ਼ਾਂ ਬਹੁਤ ਅਹਿਮ ਨੇ ਇੱਕ ਚੀਜ਼ ਅਹਿਮ ਇਹ ਹੈਗੀ ਹੈ ਵੀ ਆਪਾਂ ਇਹ ਸਮਝੀਏ ਐਂਟੋਨੀਓ ਗ੍ਰਾਮਸ਼ੀ ਕੌਣ ਨੇ ਸ਼ਾਇਦ ਕਿਉਂਕਿ ਮੈਂ ਮੈਂ ਐਂਟੋਨੀਓ ਗ੍ਰਾਮਸ਼ੀ ਨੂੰ ਲੰਮਾ ਸਮਾਂ ਪੜਾਇਆ ਹੈ ਤੇ ਪਰ ਜਿਵੇਂ ਮੈਂ ਪਿਛਲੇ 6 ਮਹੀਨਿਆਂ ਤੋਂ ਐਂਟੋਨੀਓ ਗ੍ਰਾਮਸ਼ੀ ਨੂੰ ਸਮਝ ਰਿਹਾ ਮੈਨੂੰ ਪਹਿਲਾਂ ਨਹੀਂ ਸਮਝ ਆਈ ਉਹ ਇਸ ਕਰਕੇ ਮੈਨੂੰ ਲੱਗਦਾ ਵੀ ਬਹੁਤ ਸਾਰਿਆਂ ਨੇ ਆਪਣੇ ਚੋ ਪਰਚੇ ਤਾਂ ਲਿਖੇ ਨੇ ਪਰ ਸ਼ਾਇਦ ਐਂਟੋਨੀਓ ਗ੍ਰਾਮਸ਼ੀ ਨਹੀਂ ਸ਼ਾਇਦ ਕਿਤਾਬ ਵੀ ਨਹੀਂ ਦੇਖੀ ਹੋਏਗੀ ਜਿਹਦੇ ਜਿਹਦੇ ਚੋਂ बार-बार ਆਪਣਾ ਸਵੀ ਬੈਕ ਜਿਹੜੇ ਨੇ ਹਵਾਲਾ ਲੈਂਦੇ ਨੇ ਜਾਂ ਅਸੀਂ ਬਾਰ ਬਾਰ ਗੱਲ ਕਰਦੇ ਹਾਂ ਇੱਕ ਮੈਂ ਉਹਨਾਂ ਨੂੰ ਇਸਟੈਬਲਿਸ਼ ਕਰਨਾ ਚਾਹੁੰਦਾ ਕਿਉਂਕਿ ਉੱਥੋਂ ਸਾਡੇ ਭਵਿੱਖ ਦੇ ਕਾਰਜ ਜਿਹੜੇ ਨੇ ਉਹ ਸ਼ੁਰੂ ਹੋਣਗੇ ਕਿਉਂਕਿ ਉਹਨਾਂ ਨੇ ਜੋ ਭਵਿੱਖ ਆਪਣਾ ਤੈਅ ਕੀਤਾ ਉਹਦੇ ਬਾਰੇ ਗੱਲ ਹੋਏਗੀ ਤੇ ਦੂਜਾ ਜਿਹੜਾ ਸਾਡੇ ਸਾਹਮਣੇ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨਾਲ ਅਸੀਂ ਕਿਵੇਂ ਨਜਿੱਠ ਸਕਦੇ ਹਾਂ ਤੇ ਐਂਟੋਨੀਓ ਗ੍ਰਾਮਸ਼ੀ ਦੇ ਜ਼ਰੀਏ ਉਹਨਾਂ ਸਮੱਸਿਆਵਾਂ ਨੂੰ ਜਾ ਆਪਣੇ ਇਸ਼ੂਜ਼ ਨੂੰ ਆਪਣੇ ਸਮਾਜ ਨੂੰ ਸਮਝ ਕਿਵੇਂ ਸਕਦੇ ਆ ਅ ਐਂਟੋਨੀਓ ਗ੍ਰਾਮਸ਼ੀ ਜਿਹੜਾ ਜਨਮ ਮੈਂ ਉਹ 1891 ਚ ਹੁੰਦਾ ਤੇ 1937 ਚ ਉਹਨਾਂ ਦੀ ਡੈਥ ਹੁੰਦੀ ਹੈ ਅ ਐਂਟੋਨੀਓ ਗ੍ਰਾਮਸ਼ੀ ਜਰਨਲਿਸਟ ਰਹੇ ਲੰਮਾ ਸਮਾਂ ਔਰ ਇਤਬਾਦ ਉਹ ਕਮਿਊਨਿਸਟ ਪਾਰਟੀ ਆਫ ਇਟਲੀ ਦੇ ਕੋਫਾਊਂਡਰ ਮੈਂਬਰਾਂ ਚੋਂ ਰਹੇ ਕਮਿਊਨਿਸਟ ਪਾਰਟੀ ਆਫ ਇਟਲੀ ਇਹਦਾ ਮਤਲਬ ਹੈ ਉਹ ਮਾਰਕਸਵਾਦੀ ਨੇ ਉਹ ਕ੍ਰਾਂਤੀਕਾਰੀ ਨੇ ਉਹਨਾਂ ਦੀ ਇੱਛਾ ਹੈ ਵੀ ਜਿਹੜਾ ਇਟਲੀ ਹੈ ਉਹ ਸਮਾਜਵਾਦੀ ਕ੍ਰਾਂਤੀ ਵੱਲ ਨੂੰ ਵਧੇ ਤੇ ਜਿਹੜਾ ਗਲਬਾ ਧਰਾਂ ਦਾ ਹੈਗਾ ਉਹ ਚਾਹੇ ਬੁਰਜਵਾਦੀ ਤਰ੍ਹਾਂ ਨੇ ਉਹ ਚਾਹੇ ਫਾਸਿਵਾਦੀ ਤਰ੍ਹਾਂ ਨੇ ਆਪਾਂ ਇਹਨਾਂ ਸ਼ਬਦਾਂ 'ਚ ਫੇਰ ਆਵਾਂਗੇ ਇਹਦਾ ਜਿਹੜਾ ਗਲਬਾ ਏ ਇਹਦਾ ਗਲਬਾ ਜਿਹੜਾ ਹੈਗਾ ਉਹ ਟੁੱਟੇ ਇਸ ਕਰਕੇ ਮੈਨੂੰ ਲੱਗਦਾ ਵੀ ਪਹਿਲੀ ਚੀਜ਼ ਤਾਂ ਉਹਨਾਂ ਦੀ ਇਹ ਹੈ ਵੀ ਉਹ ਇੱਕ ਐਕਟਿਵਿਸਟ ਦੇ ਤੌਰ ਤੇ ਨੇ ਇੱਕ ਐਕਟਿਵਿਸਟ ਦੇ ਤੌਰ ਤੇ ਇੱਕ ਮਾਰਕਸਵਾਦੀ ਨੇ ਕ੍ਰਾਂਤੀਕਾਰੀ ਨੇ ਉਸ ਕ੍ਰਾਂਤੀਕਾਰੀ ਹੋਣ ਦੇ ਨਾਂ ਤੇ ਸਮਾਜਵਾਦੀ ਕ੍ਰਾਂਤੀ ਕਰਨੀ ਹੈ ਤੇ ਉਹ ਹੋਏਗੀ ਕਿਵੇਂ ਇਹ ਉਹਨਾਂ ਦਾ ਫੰਡਾਮੈਂਟਲ ਸਵਾਲ ਹੈ ਫੰਡਾਮੈਂਟਲ ਮਕਸਦ ਹੈ ਹੁਣ ਸਵਾਲ ਇਹ ਹੈ ਉਹਦੇ ਨਾਲ ਹੀ ਇੱਕ ਇੰਟਰਸਟਿੰਗ ਤੱਥ ਇਹ ਹੈ ਵੀ ਉਹ 1883 ਚ ਪੈਦਾ ਹੁੰਦੇ ਨੇ ਤੇ ਠੀਕ 8 ਸਾਲ ਪਹਿਲਾਂ ਇੱਕ ਹੋਰ ਸਖਸ਼ ਹੈ ਜਿਹੜਾ ਉੱਥੇ ਪੈਦਾ ਹੁੰਦਾ ਜਿਹਦਾ ਨਾਂ ਹੈਗਾ ਬੈਨਿਟੋ ਮੁਸੋਲਿਨੀ ਅ ਮੈਂ ਪੈਦਾ ਖੋਣਾ ਕਿਹਾ ਬਹੁਤ ਸਾਰੇ ਜਿਹੜੇ ਪਖਤ ਹੋਣਗੇ ਉਹ અવਤਾਰ ਕਹਿੰਦੇ ਨੇ ਵੀ ਉਭਤਰਿਤ ਹੋਏ ਨੇ ਅ ਪਰ ਜੋ ਵੀ ਉਹ ਹੋਏ ਨੇ ਅ ਉਹਨਾਂ ਦੀ ਵੀ ਇੱਛਾ ਹੈ ਵੀ ਉਹ ਵੀ ਇਟਲੀ ਤੇ ਕਬਜ਼ਾ ਕਰਨ ਜਿੱਦਾਂ ਦੀ ਸੱਤਾ ਉਹ ਚਾਹੁੰਦੇ ਨੇ ਉਹਦਾਂ ਦੀ ਸੱਤਾ ਉਹ ਸਥਾਪਿਤ ਕਰਨ ਤੇ ਇਹ ਦੋਨੇ ਜਿਹੜੇ ਸ਼ਖਸ ਨੇ ਇਹ ਪੈਰਲਲ ਚੱਲ ਰਹੇ ਨੇ ਇਕੱਲੇ ਸ਼ਖਸ ਨਹੀਂ ਹੈਗੇ ਇਹ ਆਈਡੀਆ ਹੈ ਜਿਹੜਾ ਪੈਰਲਲ ਚੱਲ ਰਿਹਾ ਹੈ ਇੰਟਰਸਟਿੰਗਲੀ ਕਮਿਊਨਿਸਟ ਪਾਰਟੀ ਆਫ ਇਟਲੀ 1921 ਚ ਬਣਦੀ ਹੈ ਤੇ ਉਹਦੇ ਕੋ-ਫਾਊਂਡਰ ਐਂਟੋਨੀਓ ਗ੍ਰਾਮਸ਼ੀ ਨੇ ਬੈਨੀਟੋ ਮੁਸੋਲਿਨੀ ਵੀ 1921 ਚ ਨੈਸ਼ਨਲ ਫਾਸ਼ਿਸਟ ਪਾਰਟੀ ਦਾ ਗਠਨ ਕਰਦੇ ਨੇ ਹੁਣ ਸਵਾਲ ਇਹ ਹੈ ਵੀ ਇਹ ਦੋਨੇ ਹੀ ਤਰ੍ਹਾਂ ਨੇ ਜਿਹੜੀਆਂ ਇਟਲੀ ਨੂੰ ਮੈਨ ਇਟਲੀ ਚ ਸਟੇਟ ਬਣਾਉਣ ਲੱਗੀਆਂ ਹੋਈਆਂ ਨੇ ਇਹਨਾਂ ਦੀਆਂ ਜਿਹੜੀਆਂ ਇੱਛਾਵਾਂ ਨੇ ਇਹਨਾਂ ਦੀ ਜਿਹੜੀ ਸਮਝ ਆ ਉਹ ਬਿਲਕੁਲ ਅਲੱਗ-ਅਲੱਗ ਹੈ ਉਹਦੇ ਚ ਬੈਨੋ ਤੇ ਮੋਸੇਲੋਨੀਆ ਵਾਲੀ ਜਿਹੜੀ ਪਾਰਟੀ ਆ ਨੈਸ਼ਨਲ ਫਾਸਿਸਟ ਪਾਰਟੀ ਉਹ 1922-23 ਚ ਇਟਲੀ ਚ ਸੱਤਾ ਹਾਸਲ ਕਰ ਲੈਂਦੀ ਆ ਤੇ ਉਹਦੇ ਚੋਂ ਜਦੋਂ ਸੱਤਾ ਹਾਸਲ ਕਰਦੇ ਨੇ ਤੇ ਜਿਹੜੀਆਂ ਵੀ ਕਾਮਨਿਸਤ ਧਰਾਂ ਨੇ ਜਾਂ ਸੋਸ਼ਲਿਸਟ ਧਰਾਂ ਨੇ ਉਹਨਾਂ ਨੂੰ ਬੈਨ ਕਰ ਦਿੱਤਾ ਜਾਂਦਾ ਤੇ ਉਸੇ ਦੇ ਤਹਿਤ ਐਂਟੋਨੀਓ ਗ੍ਰਾਮਸ਼ੀ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ 1926 ਹੁਣ ਤੁਸੀਂ ਜਦੋਂ ਐਂਟੋਨੀਓ ਗ੍ਰਾਮਸ਼ੀ ਦਾ ਟ੍ਰਾਇਲ ਹੋ ਰਿਹਾ ਹੈ ਤੇ ਸਰਕਾਰੀ ਵਕੀਲ ਦੇ ਸਾਹਮਣੇ ਜਦੋਂ ਇਹ ਸਵਾਲ ਆਉਂਦਾ ਹੈ ਵੀ ਤੂੰ ਨਿਓ ਗ੍ਰਾਮਸ਼ੀ ਬਾਰੇ ਗੱਲ ਕੀ ਕਰਨੀ ਹੈ ਵੀ ਕੋਈ ਕ ਜਰਨਲਿਸਟ ਹੈ ਤੇ ਕਮਿਊਨਿਸਟ ਪਾਰਟੀ ਦਾ ਲੀਡਰ ਹੈ ਉਹ ਇੱਕ ਸੈਂਟੈਂਸ ਬੋਲਦੇ ਨੇ ਮੈਨੂੰ ਲੱਗਦਾ ਵੀ ਉਹ ਸੈਂਟੈਂਸ ਬਹੁਤ ਇੰਪੋਰਟੈਂਟ ਹੈ ਮੈਂ ਉਹਨੂੰ ਵਰਬੈਟਮ ਪੜ੍ਹ ਰਿਹਾ ਅੰਗਰੇਜ਼ੀ ਚ ਐਂਟੋਨੀਓ ਗ੍ਰਾਮਸ਼ੀ ਦੇ ਹਵਾਲੇ ਨਾਲ ਉਹ ਗੱਲ ਕਰਦੇ ਨੇ ਉਹ ਕਹਿੰਦੇ ਫਾਰ 20 ইয়ারਸ ਵੀ ਮਸਟ ਸਟਾਪ ਦਿਸ ਬ੍ਰੇਨ ਫ্রম ਫੰਕਸ਼ਨਿੰਗ ਹੁਣ ਤੁਸੀਂ ਇਹ ਹਿਸਾਬ ਲਾਓ ਵੀ ਉਹ ਇਸ ਦਿਮਾਗ ਨੂੰ ਅਗਲੇ 20 ਸਾਲ ਕੰਮ ਕਰਨੋਂ ਹਟਾਉਣਾ ਚਾਹੁੰਦੇ ਨੇ ਹੁਣ ਉਹ ਦਿਮਾਗ ਕਿਆ ਹੋਏਗਾ ਜਿਹੜਾ ਦਿਮਾਗ ਉਹਨਾਂ ਨੇ 20 ਸਾਲ ਪਹਿਲਾਂ ਹਟਾਉਣਾ ਸੀ 1937 ਦਾ ਇਟਲੀ 2022 ਦਾ ਇੰਡੀਆ ਉਹਦੇ ਤੋਂ ਬਾਅਦ ਪੰਜਾਬ ਉਹਦੇ ਤੋਂ ਬਾਅਦ ਯੂਨੀਵਰਸਿਟੀ ਪਟਿਆਲਾ ਉਹਦੇ ਤੋਂ ਬਾਅਦ ਅਸੀਂ ਇੱਥੇ ਬੈਠੇ ਉਸ ਸਖਸ਼ ਦੀ ਗੱਲ ਕਰ ਰਹੇ ਹਾਂ ਇਸ ਕਰਕੇ ਮੈਨੂੰ ਲੱਗਦਾ ਵੀ ਉਹ ਕੌਣ ਨੇ ਇਹਦਾ ਆਈਡੀਆ ਬਹੁਤ ਇੰਪੋਰਟੈਂਟ ਹੈ ਜਦੋਂ ਜੇਲ੍ਹ ਜਾਂਦੇ ਨੇ ਜੇਲ੍ਹ ਜਾਣ ਤੋਂ ਬਾਅਦ ਫਿਰ ਉਹ ਪੜਨਾ ਸ਼ੁਰੂ ਕਰਦੇ ਨੇ ਤੇ ਉਹਨਾਂ ਦੀਆਂ ਜਿਹੜੀਆਂ ਚਿੱਠੀਆਂ ਨੇ ਉਹਨਾਂ ਚਿੱਠੀਆਂ 'ਚ ਇੱਕ ਬਾਰ-ਬਾਰ ਜ਼ਿਕਰ ਆਉਂਦਾ ਹੈ ਵੀ ਯਾਰ ਪੜਦਾ ਤਾਂ ਮੈਂ ਹੈਗਾ ਠੀਕ ਠਾਕ ਪੜਦਾ ਆ ਮੈਂ ਦਿਨ ਦੇ 6 ਅਖਬਾਰ ਖਤਮ ਕਰ ਦਿੰਨਾ ਤੇ ਇੱਕ ਹਫ਼ਤੇ 'ਚ ਮੈਂ 8 ਕਿਤਾਬਾਂ ਪੜ ਦਿੰਨਾ ਪਰ ਨਾ ਗੱਲ ਨਹੀਂ ਬੰਦ ਰਹੀ ਕਿਉਂਕਿ ਮੈਂ ਲਿਖ ਨਹੀਂ پا ਰਿਹਾ ਮੈਨੂੰ ਲਿਖਣ ਦੀ ਪਰਮਿਸ਼ਨ ਨਹੀਂ ਹੈਗੀ ਤੇ ਉਹ ਜਿਹੜੀ ਲਿਖਣ ਦੀ ਪਰਮਿਸ਼ਨ ਹੈ ਉਹ 2 ਸਾਲ ਬਾਅਦ ਮਿਲਦੀ ਹੈ ਹੁਣ ਤੁਸੀਂ ਇਮੇਜਿਨ ਕਰਕੇ ਦੇਖੋ ਵੀ ਜਿਹੜਾ ਬੰਦਾ ਜੇਲ੍ਹ 'ਚ ਬੈਠਾ ਹੈ ਉਹਦੇ ਵਾਸਤੇ ਇਹ ਸਵਾਲ ਨਹੀਂ ਹੈ ਵੀ ਉਹ ਜੇਲ੍ਹ 'ਚ ਕਿਉਂ ਹੈ ਉਹਦੇ ਵਾਸਤੇ ਇਹ ਸਵਾਲ ਹੈ ਵੀ ਐਂਟੋਨੀਓ ਗ੍ਰਾਮਸ਼ੀ ਉਹਨਾਂ ਨੇ ਜਿਹੜਾ ਸੁਪਨਾ ਲਿਆ ਉਸ ਕਮਿਊਨਿਸਟ ਪਾਰਟੀ ਨੇ ਜਿਹੜਾ ਸੁਪਨਾ ਲਿਆ ਉਹ ਸੁਪਨਾ ਸਾਰਥਕ ਕਿਉਂ ਨਹੀਂ ਹੋਇਆ ਉਹ ਸੁਪਨਾ ਸਫਲ ਕਿਉਂ ਨਹੀਂ ਹੋਇਆ ਮੈਨੂੰ ਨਹੀਂ ਯਾਦ ਜਾਂ ਯਾਦ ਕਿਹਾ ਮੈਂ ਇਹ ਬਹੁਤ ਸੌਖਿਆ ਕਹਿ ਸਕਦਾ ਹਾਂ ਵੀ ਮੇਰੀ ਸਾਰੀ ਜ਼ਿੰਦਗੀ ਦਾ ਕੋਈ ਇੱਕ ਅਜਿਹਾ ਹਫ਼ਤਾ ਨਹੀਂ ਹੈਗਾ ਜਿਹਦੇ 'ਚ ਮੈਂ 6 ਅਖਬਾਰ ਪੜ੍ਹੇ ਹੋਣ ਤੇ 8 ਕਿਤਾਬਾਂ ਪੜ੍ਹੀਆਂ ਹੋਣ ਹੁਣ ਆਪਾਂ ਉਸ ਸ਼ਖਸ ਦੀ ਗੱਲ ਕਰ ਰਹੇ ਹਾਂ ਜਿਹੜਾ ਇੱਕ ਫੰਡਾਮੈਂਟਲ ਸਵਾਲ ਜਦੋਂ ਉਹ ਜੇਲ੍ਹ 'ਚ ਜਾਂਦੇ ਨੇ ਇਹ ਆਉਂਦਾ ਬਈ ਆ ਸੋਸ਼ਲਿਸਟ ਰੈਵਿਊਸ਼ਨ ਤਾਂ ਸਭ ਤੋਂ ਵਧੀਆ ਸੁਪਨਾ ਸੀ ਅਸੀਂ ਤਾਂ ਬਾਕੀ ਦੀਆਂ ਜਿਹੜੀਆਂ 13 ਨੇ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਸੀ ਇਹ ਪਾਣਾ ਕਿਵੇਂ ਵਾਪਰਿਆ ਬੀ ਕਮਿਊਨਿਸਟ ਪਾਰਟੀ ਦੀ ਲੀਡਰਸ਼ਿਪ 'ਚ ਰੈਵੋਲੂਸ਼ਨ ਨਹੀਂ ਹੋਇਆ ਪਰ ਫਾਸਿਸਟ ਪਾਰਟੀ ਦੀ ਤਾਨਾਸ਼ਾਹੀ ਦੇ ਜਿਹੜੀ ਪਾਰਟੀ ਹੈ ਉਹਦੀ ਲੀਡਰਸ਼ਿਪ 'ਚ ਮੁਸੋਲੋਨੀ ਸੱਤਾ ਤੇ ਕਾਬਜ ਹੋ ਗਿਆ ਇਹ ਸਾਡਾ ਸਵਾਲ ਅੱਜ ਦਾ ਵੀ ਹੈ ਹਿੰਦੁਸਤਾਨ ਦੀ ਜੇ ਆਪਾਂ ਗੱਲ ਕਰਨੀ ਹੋਵੇ ਦੋ ਸੰਗਠਨ ਨੇ ਜਿਹੜੇ ਇੱਕੋ ਹੀ ਸਮੇ ਬਣਦੇ ਨੇ ਆਰਐਸਐਸ 1925 नागपुर च कम्युनिस्ट पार्टी ऑफ इंडिया 1925 कानपुर च ਦੋਨੀਆਂ ਪਾਰਟੀਆਂ ਇੱਕੋ ਹੀ ਸਮੇਂ ਬਣਦੀਆਂ ਨੇ ਅੱਜ ਸਾਡਾ ਉਹ ਫੇਰ ਮੁੜ ਕੇ ਉਹੀ ਸਵਾਲ ਹੈ ਜਿਹੜਾ ਅੰਤੋਨੀਓ ਗ੍ਰਾਮਸੀ ਦਾ ਉਸ ਸਮੇਂ ਦਾ ਸਵਾਲ ਸੀ ਵੀ ਇੱਕ ਤਰ੍ਹਾਂ ਜਿਹੜੀ ਉਹ ਸੱਤਾ ਤੱਕ ਪਹੁੰਚੀ ਕਿਵੇਂ ਤੇ ਦੂਜੀ ਤਰ੍ਹਾਂ ਦਾ ਜਿਹੜਾ ਇਹ ਦਾਵਾ ਸੀ ਜਵਾਦਾ ਸੀ ਵੀ ਅਸੀਂ ਚੰਗਾ ਸਮਾਜ ਸਿਰਜਾਂਗੇ ਅਸੀਂ ਬਿਹਤਰ ਸਮਾਜ ਸਿਰਜਾਂਗੇ ਉਹੋ ਫੇਲ ਕਿਵੇਂ ਹੋਈ ਜਿਉਂਦਾ ਸੁਪਨਾ ਉਹ ਸਾਕਾਰ ਹੁੰਦਾ ਦਿਖਿਆ ਕਿਉਂ ਨਹੀਂ ਹਾਲਾਂਕਿ ਇੱਕ ਕਰੈਕਟਰ ਹੋਰ ਵੀ ਇੰਟਰਸਟਿੰਗ ਨੇ ਐਡਾਲ ਫਿਟਲਰ ਉਹਨਾਂ ਦਾ ਜਨਮ ਜਿਹੜਾ ਹੈਗਾ 1899 ਚ ਹੁੰਦਾ ਸੋ ਇਹ ਤਿੰਨ ਜਿਹੜੇ ਸਖਸ਼ ਨੇ ਇਹ ਉਸੇ ਦੌਰ ਚ ਨੇ ਉਸੇ ਦੌਰ ਚ ਘੁੰਮ ਰਹੇ ਨੇ ਅ ਅੰਟੋਨੀਓ ਗ੍ਰਾਮਸ਼ੀ ਦਾ ਜਿਹੜਾ ਫੰਡਮੈਂਟਲ ਕੁਐਸਚਨ ਹੈ ਉਹ ਫੰਡਮੈਂਟਲ ਕੁਐਸਚਨ ਇਹੀ ਹੈ ਬਈ ਅ ਮਾਰਕਸ ਨੇ ਇਹ ਗੱਲ ਕਹੀ ਵੀ ਜਦੋਂ ਪੂੰਜੀਵਾਦ ਆਏਗਾ ਪੂੰਜੀਵਾਦ ਤੋਂ ਬਾਅਦ ਸਮਾਜਵਾਦੀ ਕ੍ਰਾਂਤੀ ਹੋਣੀ ਹੈ ਦਿੱਕਤ ਕਿ ਆਈ ਵੀ ਇਟਲੀ ਚ ਸਮਾਜਵਾਦੀ ਕ੍ਰਾਂਤੀ ਹੋਣ ਦੀ ਬਜਾਏ ਫਾਸੀਵਾਦ ਆ ਗਿਆ ਤਾਨਾਸ਼ਾਹੀ ਆ ਗਈ ਆਈ ਚੋਣਾਂ ਦੇ ਜ਼ਰੀਏ ਅੱਜ ਵੀ ਇਟਲੀ ਚ ਇਹ ਰਿਕਾਰਡ ਹੈ ਵੀ ਮੁਸੋਲਿਨੀ ਸਭ ਤੋਂ ਯੰਗ ਪ੍ਰਾਈਮ ਮਿਨਿਸਟਰ ਹੈ ਉਸ ਦੇਸ਼ ਦਾ ਅਰ ਚੋਣਾਂ ਰਹੀਂ ਜਿੱਤਦੇ ਹੋ ਤੇ ਫੇਰ ਚੋਣਾਂ ਰਹੀਂ ਜਿੱਤ ਕੇ ਬਾਕੀ ਪਾਰਟੀਆਂ ਨੂੰ ਬੈਨ ਕੀਤਾ ਸੋ ਉਹ ਅਲੱਗ ਮਸਲਾ ਹੈ ਇਸ ਕਰਕੇ ਮੈਂ ਕਹਿ ਰਹੇ ਆ ਵੀ ਸਾਨੂੰ ਐਂਟੋਨੀਓ ਗ੍ਰਾਮਚੀ ਦੇ ਜ਼ਰੀਏ ਕੁਝ ਹੋਰ ਸਮਝਣਾ ਹੈ ਜਿਸ ਦੌਰ ਚ ਅਸੀਂ ਰਹਿ ਰਹੇ ਹਾਂ ਉਹ ਦੌਰ ਕੀ ਹੈ ਇਟਲੀ ਦੀਆਂ ਹਿੰਦੁਸਤਾਨ ਨਾਲ ਕਿਸ ਕਿਸਮ ਦੀਆਂ ਸਮਾਨਤਾਵਾਂ ਨੇ ਕਿਸ ਕਿਸਮ ਦੇ ਵਿਖਰੇਵੇਂ ਨੇ ਉਹ ਐਂਟੋਨੀਓ ਗ੍ਰਾਮਸ਼ੀ ਦੇ ਜ਼ਰੀਏ ਸਮਝਣ ਦੀ ਲੋੜ ਹੈ ਹੁਣ ਐਂਟੋਨੀਓ ਗ੍ਰਾਮਸ਼ੀ ਦਾ ਜਿਹੜਾ ਇਹ ਫੰਡਾਮੈਂਟਲ ਸਵਾਲ ਹੈ ਵੀ ਯਾਰ ਮਾਰਕਸ ਨੇ ਤਾਂ ਇਹ ਕਿਹਾ ਵੀ ਪੂੰਜੀਵਾਦ ਤੋਂ ਬਾਅਦ ਸਮਾਜਵਾਦੀ ਕ੍ਰਾਂਤੀ ਆਉਣੀ ਹੈ ਜਾਂ ਤਾਂ ਮਾਰਕਸ ਗਲਤ ਹੈ ਕਿਉਂਕਿ ਸਮਾਜਵਾਦੀ ਕ੍ਰਾਂਤੀ ਤਾਂ ਆ ਹੀ ਨਹੀਂ ਜਾਂ ਫਿਰ ਅਸੀਂ ਕਿਤੇ ਟੱਪਲਾ ਖਾਦਾ ਹੈ ਸਤੋਂ ਕੋਈ ਵੱਡੀ ਗੜਬੜ ਹੋਈ ਹੈ ਉਹ ਇਸ ਗੜਬੜ ਨੂੰ ਸਮਝਣ ਲਈ ਇਤਿਹਾਸ 'ਚ ਜਾਂਦੇ ਨੇ ਇਟਲੀ ਦੇ ਇਤਿਹਾਸ 'ਚ ਜਾਂਦੇ ਨੇ ਜਿਵੇਂ ਜਵਾਲਾ ਨਾਰੂ ਕਹਿੰਦੇ ਨੇ ਡਿਸਕਵਰੀ ਆਫ ਇੰਡੀਆ ਭਾਰਤਿਕ ਖੋਜ ਉਵੇਂ ਉਹ ਇਟਲੀ ਦੀ ਖੋਜ ਤੇ ਨਿਕਲਦੇ ਨੇ ਵੀ ਇਹ ਸਮਝੀਏ ਤਾਂ ਸਹੀ ਇਹ ਕਾਰਨ ਕੀ ਬਣਿਆ ਜਿਸ ਕਾਰਨ ਚੋਂ ਅ ਅਸੀਂ ਫੇਲ ਹੋਏ ਜਿਹੜਾ ਉਹਨਾਂ ਦਾ ਸਵਾਲਟਰ ਨਾਲ ਰਿਲੇਸ਼ਨ ਹੈ ਉਹ ਉਸ ਹਿਸਟਰੀ ਚ ਰਿਲੇਸ਼ਨ ਆਉਂਦਾ ਹੈ ਜਿਹਦੇ ਚੋਂ ਉਹ ਏਸ਼ੀਅਨਟ ਪੀਰੀਅਡ ਤੋਂ ਲੈ ਕੇ ਜਦੋਂ ਤੱਕ ਉਹ ਹੈਗੇ ਨੇ ਉਦੋਂ ਤੱਕ ਦੀ ਹਿਸਟਰੀ ਨੂੰ ਇਟਲੀ ਦੀ ਹਿਸਟਰੀ ਨੂੰ ਟ੍ਰੇਸ ਕਰਦੇ ਹੋਏ ਇੱਕ ਗੱਲ ਤੇ ਇੱਕ ਸੱਟੇ ਤੇ ਪਹੁੰਚਦੇ ਨੇ ਵੀ ਸਮਾਜ ਦੇ ਹਰ ਮੋੜ ਤੇ ਬਹੁਤ ਸਾਰੇ ਸਮਾਜਿਕ ਸਮੂਹ ਬਣੇ ਰਹੇ ਪੈਦਾ ਹੋਏ ਉਹਨਾਂ ਚੋਂ ਸਮਾਜ ਦੇ ਜਾਂ ਇਤਿਹਾਸ ਦੇ ਕਿਸ ਇਸੇ ਕਿਸੇ ਖਾਸ ਮੋੜ ਤੇ ਕੁਝ ਜਿਹੜੇ ਘੱਟ ਸੰਖਿਆ ਦੇ ਤੌਰ ਤੇ ਨੇ ਉਹ ਹਾਇਰ ਕਲਾਸਿਜ਼ ਬਣ ਗਈਆਂ ਤੇ ਜਿਹੜੀ ਮੈਜੋਰਿਟੀ ਹੈ ਜਿਹੜੀ ਬਹੁਤ ਸੰਖਿਆਕ ਹੈ ਉਹ ਲੋਅਰ ਕਲਾਸ ਹੋਗੀ ਜਿਹੜਾ ਹਾਇਰ ਕਲਾਸ ਹੈ ਉਹ ਉਹਨੂੰ ਡੋਮੀਨੈਂਟ ਸੋਸ਼ਲ ਗਰੁੱਪ ਕਹਿੰਦੇ ਨੇ ਜਿਨ੍ਹਾਂ ਦਾ ਦਬਾਅ ਹੈ ਤੇ ਜਿਹੜੀਆਂ ਲੋਅਰ ਕਲਾਸਿਸ ਨੇ ਉਹਨਾਂ ਲੋਅਰ ਕਲਾਸਿਸ ਦਾ ਸ਼ਬਦ ਇਟਲੀ ਚ ਬਹੁਤ ਪਹਿਲਾਂ ਦਾ ਵਰਤਿਆ ਜਾ ਰਿਹਾ ਹੈ ਸਵਾਲਟਰਨ ਸਵਾਲਟਰਨ ਸਪੀਸੀਜ਼ ਦੇ ਨਾਂ ਤੇ ਵਰਤਿਆ ਜਾਂਦਾ ਹੈ ਤੇ ਉੱਥੋਂ ਹੀ ਉਹ ਐਂਟੋਨੀਓ ਗ੍ਰਾਮਸ਼ੀ ਉਸ ਸ਼ਬਦ ਨੂੰ ਆਪਣੀ ਸਟੱਡੀ ਦਾ ਆਪਣੇ ਲੇਖਾਂ ਦਾ ਆਪਣੀ ਖੋਜ ਦਾ ਹਿੱਸਾ ਬਣਾਉਂਦੇ ਨੇ ਇਸ ਕਰਕੇ ਉਹ ਇਸ ਤਰੀਕੇ ਨਾਲ ਨਹੀਂ ਖੋਜ ਕਰ ਰਹੇ ਵੀ ਕਿਹੜੀ ਕਿਹੜੇ ਸੋਸ਼ਲ ਗਰੁੱਪ ਦੀ ਗੱਲ ਨਹੀਂ ਹੋਈ ਮੈਂ ਉਹਦੀ ਗੱਲ ਕਰ ਲਾਂ ਜਾਂ ਉਹ ਸੋਸ਼ਲ ਗਰੁੱਪ ਦੀ ਗੱਲ ਦੀ ਉਹ ਸੋਸ਼ਲ ਗਰੁੱਪ ਦੀ ਗੱਲ ਨਹੀਂ ਹੋਈ ਮੈਂ ਉਹਦੀ ਗੱਲ ਕਰ ਲਾਂ ਨਾ ਉਹ ਇਤਿਹਾਸ ਦੇ ਹਰ ਸੋਸ਼ਲ ਗਰੁੱਪ ਨੂੰ ਦੇਖਣਾ ਚਾਹੁੰਦੇ ਨੇ ਉਹ ਸੋਸ਼ਲ ਗਰੁੱਪ ਦਾ ਇੱਕ ਦੂਜੇ ਦੇ ਨਾਲ ਰਿਲੇਸ਼ਨ ਕਿਆ ਬਣਦਾ ਏ ਉਹਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ ਇਸ ਕਰਕੇ ਉਹਨਾਂ ਨੂੰ ਇਤਿਹਾਸ ਦੇ ਹਰ ਮੋੜ ਤੇ ਇਹ ਗੱਲ ਸਮਝ ਆਉਂਦੀ ਹੈ ਵੀ ਇਹ ਜਿਹੜਾ ਇਹ ਜਿਹੜਾ ਸਮਾਜ ਹੈ ਇਹ ਸਮੂਹਾਂ ਚ ਵੰਡਿਆ ਸਮਾਜ ਹੈ ਇਹਦੇ ਚੋਂ ਜਿਹੜੀ ਕਟ ਗਿਣਤੀ ਸਮੂਹ ਹੈ ਉਹ ਡੋਮੀਨੇਟ ਕਰਦਾ ਹੈ ਤੇ ਜਿਹੜੀ ਮੈਜੋਰਟੀ ਆ ਉਸ ਸਬੋਲਟਰਨ ਰਹਿ ਜਾਂਦੀ ਆ ਲੋਰ ਕ੍ਰਾਸੀਸ ਰਹਿ ਜਾਂਦੀ ਆ ਹੁਣ ਉਹਨਾਂ ਦਾ ਕੁਐਸਚਨ ਇਹ ਆ ਵੀ ਇਹ ਵਾਪਰਦਾ ਕਿਵੇਂ ਆ ਕੋਈ ਡੋਮੀਨੇਟ ਕਿਵੇਂ ਹੋ ਜਾਂਦਾ ਹੈ ਕੋਈ ਸਬੋਲਟਰਨ ਕਿਵੇਂ ਰਹਿ ਜਾਂਦਾ ਹੈ ਕੋਈ ਹਾਸ਼ੀਏ ਤੇ ਕਿਵੇਂ ਜਾਂਦਾ ਹੈ ਕੋਈ ਸੈਂਟਰ ਤੇ ਕਿਵੇਂ ਆਉਂਦਾ ਹੈ ਕਿਹਾ ਜਿਹੜੇ ਅੱਜ ਸੈਂਟਰ ਚ ਨੇ ਅੱਜ ਡੋਮੀਨੇਟਿੰਗ ਪੋਜੀਸ਼ਨ ਚ ਨੇ ਕਿਹਾ ਉਹ तमाम ਸਦੀਆਂ ਡੋਮੀਨੇਟਿੰਗ ਪੋਜੀਸ਼ਨ ਚ ਸੀਗੇ ਜਾਂ ਨਹੀਂ ਸੀਗੇ ਕਿਉਂਕਿ ਗ੍ਰਾਮਸ਼ੀ ਮਾਰਕਸਵਾਦੀ ਹੈ ਉਹਨੂੰ ਇਸ ਗੱਲ ਦਾ ਅਹਿਸਾਸ ਹੈ ਵੀ ਮਾਰਕਸ ਦਾ ਇੱਕ ਫੰਡਮੈਂਟਲ ਲਾਅ ਹੈ ਚੇਂਜਿਸ ਲਾਅ ਆਫ ਨੈਚਰ ਸਮਾਜ ਬਦਲਦਾ ਤੇ ਸਮਾਜ ਦੇ ਬਦਲਣ ਦੇ ਨਾਲ ਸਮੂਹਾਂ ਦੀ ਜਿਹੜੀ ਘਾੜਤ ਹੈ ਜਾਂ ਸਮੂਹਾਂ ਦਾ ਜਿਹੜਾ ਬਣਤਰ ਹੈ ਉਹ ਵੀ ਬਦਲਦੀ ਹੈ ਹੁਣ ਉਹਨਾਂ ਦਾ ਸਵਾਲ ਇਹ ਹੈ ਵੀ ਫੇਰ ਜੇ ਅਸੀਂ ਸਬੋਲਟਰਨ ਹੋਣ ਦੀ ਹੋਂਦ ਨੂੰ ਜਾਂ ਸੰਤਾਪ ਨੂੰ ਖਤਮ ਕਰਨਾ ਹੈ ਸਬੋਲਟਰਨਿਟੀ ਚੋਂ ਨਿਕਲਣਾ ਹੈ ਹਾਸ਼ਿਆਕਰਿਤ ਤਰ੍ਹਾਂ ਨੇ ਜੇ ਸਹਾਸ਼ੀਏ ਨੂੰ ਤੋੜਨਾ ਫਿਰ ਇਹ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਵੀ ਜਿਹੜੀਆਂ ਤਰ੍ਹਾਂ ਪਹਿਲਾਂ ਹਾਸ਼ੀਏਤੀ ਸੀਗੀਆਂ ਪਹਿਲਾਂ ਸਬੋਲਟਰਨ ਸੀਗੀਆਂ ਉਹ ਤਰ੍ਹਾਂ ਹੌਲੀ-ਹੌਲੀ ਸਮਾਂ ਪਾਉਂਦੇ-ਪਾਉਂਦੇ ਡੋਮਿਨੈਂਟ ਧਿਰ ਦੇ ਤੌਰ ਤੇ ਦਾਬੇ ਵਾਲੀਆਂ ਤਰ੍ਹਾਂ ਦੇ ਤੌਰ ਤੇ ਸਥਾਪਿਤ ਕਿਵੇਂ ਹੋ ਗਈਆਂ ਇਸ ਕਰਕੇ ਮੈਨੂੰ ਲੱਗਦਾ ਵੀ ਉਹਨਾਂ ਦਾ ਜਿਹੜਾ ਇਤਿਹਾਸ ਨਾਲ ਜਿਹੜਾ ਰਿਸ਼ਤਾ ਹੈ ਉਹ ਇਤਿਹਾਸ ਨਾਲ ਰਿਸ਼ਤਾ ਹੋਰ ਕਿਸਮ ਦਾ ਹੈ ਇਤਿਹਾਸ 'ਚੋਂ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ 'ਚ ਨੇ ਵੀ ਆਪਾਂ ਇਹ ਸਮਝੀਏ ਜਿਹੜੀ ਅੱਜ ਦੀ ਫਾਸੀਵਾਦੀ ਤਿਰ ਜਿਹੜੀ ਸੱਤਾ ਤੇ ਕਾਬਜ਼ ਹੈ ਜਿਹਨੂੰ ਮੂਸੋਲੋਨੀ ਲੀਡ ਕਰ ਰਿਹਾ ਹੈ ਜਿਹਦੀ ਜਿਹੜੀ ਇੱਕ ਵੱਡੀ ਪਾਰਟੀ ਹੈ ਪਰ ਉਹਦੇ ਵਿਜਿਲੈਂਟ ਗਰੁੱਪ ਵੀ ਨੇ ਉਹ ਜਾ ਕੇ ਲੋਕਾਂ ਦਾ ਕਤਲ ਵੀ ਕਰਦੇ ਨੇ ਉਹ ਹੋ ਡੋਮਿਨੈਂਟ ਤਰ ਕਿਵੇਂ ਬਣੀ ਤੇ ਬਾਕੀ ਦੀਆਂ ਜਿਹੜੀਆਂ ਨੇ ਹਾਸ਼ਿਆਕਰ ਤਰ੍ਹਾਂ ਰਹਿ ਕਿਵੇਂ ਗਈਆਂ ਇਸ ਕਰਕੇ ਉਹ ਨਾ ਕਿਸੇ ਇੱਕ ਗਰੁੱਪ ਦੀ ਗੱਲ ਕਰਦੇ ਨੇ ਨਾ ਉਹ ਦੋ ਗਰੁੱਪਾਂ ਦੀ ਗੱਲ ਕਰਦੇ ਨੇ ਉਹ ਸਮਾਜ ਦੇ ਸਮੂਹ ਦੇ ਸਮੂਹ ਗਰੁੱਪਾਂ ਨੂੰ ਇੱਕ ਦੂਜੇ ਦੇ ਨਾਲ ਰਿਲੇਸ਼ਨ ਚ ਦੇਖਣ ਦੀ ਗੱਲ ਕਰਦੇ ਨੇ ਹੁਣ ਉਹ ਤੋਂ ਅਗਲਾ ਜਿਹੜਾ ਉਹਨਾਂ ਦਾ ਪੁਆਇੰਟ ਹੈ ਉਹ ਇਹ ਹੈ ਵੀ ਫਿਰ ਜਦੋਂ ਉਹ ਇਹ ਗੱਲ ਸਮਝਣ ਦੀ ਕੋਸ਼ਿਸ਼ ਕਰਦੇ ਨੇ ਵੀ ਆਰ ਡੋਮੀਨੈਂਟ ਤਰ ਬਣੀ ਕਿਵੇਂ ਫਿਰ ਉੱਥੇ ਜਿਹੜੀਆਂ ਤਰ੍ਹਾਂ ਡੋਮੀਨੈਂਟ ਨੇ ਉਹਨਾਂ ਦੇ ਆਰਗੈਨਿਕ ਇੰਟੈਲੈਕਚੁਅਲ ਦਾ ਰੋਲ 플레이ਸ ਹੁੰਦਾ ਹੈ ਔਰ ਉਹ ਆਰਗੈਨਿਕ ਇੰਟੈਲੈਕਚੁਅਲ ਕੋਈ ਅ ਬੰਦੇ ਦੇ ਤੌਰ ਤੇ ਨਹੀਂ ਮਨੁੱਖ ਦੇ ਤੌਰ ਤੇ ਨਹੀਂ ਧਿਰਾਂ ਦੇ ਤੌਰ ਤੇ ਆ ਕਮਿਊਨਿਸਟ ਪਾਰਟੀ ਨੂੰ ਆਰਗੈਨਿਕ ਇੰਟੈਲੈਕਚੁਅਲ ਬੰਨਾ ਪੈਣਾ ਹੈ ਧਿਰਾਂ ਨੂੰ ਆਰਗੈਨਿਕ ਇੰਟੈਲੈਕਚੁਅਲ ਬੰਨਾ ਪੈਣਾ ਹੈ ਅਸੀਂ ਜਿਹੜੇ ਇੱਥੇ ਖੋਜ ਕਰਦੇ ਹਾਂ ਸਾਨੂੰ ਉਸ ਆਰਗੈਨਿਕ ਇੰਟੈਲੈਕਚੁਅਲ ਵਾਂਗੂ ਬਿਹੇਵ ਕਰਨਾ ਪੈਣਾ ਕੋਕੇ ਐਂਟੋਨੀਓ ਗਰਾਮਸ਼ੀ ਦਾ ਸਦਾ ਮਕਸਦ ਹੈ ਉਹ ਹੈਗਾ ਸਮਾਜਿਕ ਤਬਦੀਲੀ ਦਾ ਸੋਸ਼ਲ ਟਰਾਂਸਫਰਮੇਸ਼ਨ ਦਾ ਜੇ ਸੋਸ਼ਲ ਟਰਾਂਸਫਰਮੇਸ਼ਨ ਦਾ ਮਕਸਦ ਹੈ ਫਿਰ ਉਹ ਕੁਸ਼ੋਰ ਕਰ ਰਿਹਾ ਹੁਣ ਉਹਦੇ ਨਾਲ ਸਿਰਫ 2 ਮਿੰਟ ਮੈਡਮ ਉਹਦੇ ਨਾਲ ਜਿਹੜੇ ਜਦੋਂ હું ਅੱਗੇ ਗੱਲ ਤੋੜਦੇ ਨੇ ਵੀ ਆਰਗੇਨਿਕ ਇੰਟੈਲੈਕਚੁਅਲ ਦਾ ਰੋਲ ਕਿਆ ਬਣਦਾ ਏ ਫਿਰ ਉਹ ਇੱਕ ਗੱਲ ਬਹੁਤ ਸਾਫ਼ ਕਹਿੰਦੇ ਨੇ ਜਿਹੜੀ ਸਾਨੂੰ ਸਾਰਿਆਂ ਨੂੰ ਗੱਲ ਸਮਝਣੀ ਚਾਹੀਦੀ ਹੈ ਵੀ ਕੋਈ ਵੀ ਡੋਮੀਨੈਂਟ ਧਿਰ ਉਦੋਂ ਤੱਕ ਡੋਮੀਨੈਂਟ ਧਿਰ ਨਹੀਂ ਬਣਦੀ ਜਦੋਂ ਤੱਕ ਉਹ ਬਾਕੀ ਦੀਆਂ ਧਰਮ ਜਿਹੜੀਆਂ ਸਬੋਲਟਰਨ ਧਰਾਂ ਨੇ ਉਹਨਾਂ ਨੂੰ ਇਹ ਕਨਵਿੰਸ ਨਹੀਂ ਕਰ ਲੰਦੀ ਵੀ ਜੇ ਸਾਡੇ ਨਾਲ ਤੁਰੋਂਗੇ ਜੇ ਸਾਡੀ ਗੱਲ ਸੁਣੋਂਗੇ ਤਾਂ ਤੁਹਾਡਾ ਸਾਰਿਆਂ ਦਾ ਭਲਾ ਹੋ ਸਕਦਾ ਉਹਨਾਂ ਨੂੰ ਉਹਨਾਂ ਤੱਕ ਇੱਕ ਰਾਪਤਾ ਇੱਕ ਸੰਪਰਕ ਕਰਨਾ ਪੈਂਦਾ ਇਹ ਗੱਲ ਜਿਹੜੀ ਹੈਗੀ ਹੈ ਇਸੇ ਚ ਉਹ ਹਜਮਰੀ ਦਾ ਕਨਸੈਪਟ ਆਉਂਦਾ ਵੀ ਇਹ ਗੱਲ ਉਹਨਾਂ ਨੂੰ ਜਿਚਾਉਣੀ ਪੈਂਦੀ ਹੈ ਵੀ ਦਰਸਲ ਜੋ ਅਸੀਂ ਕਰਨ ਜਾ ਰਹੇ ਹਾਂ ਇਹਨਾਂ ਚ ਸਾਰਿਆਂ ਦਾ ਭਲਾ ਹੈ ਬੈਨੀਟੋ ਮੁਸੋਲੋਨੀ ਦੀ ਜਿਹੜੀ ਸਪੋਰਟ ਹੈ ਜੇ ਤੁਸੀਂ ਥੋੜੀਆਂ ਜਿਹੀਆਂ ਕਲਿੱਪਸ ਦੇਖ ਲਓ ਉਹ ਲੱਖਾਂ ਦੀ ਹੈ ਉਹਦੇ ਚ ਪ੍ਰੀਜ਼ੈਂਟ ਵੀ ਹੈ ਉਹਦੇ ਚ ਵਰਕਿੰਗ ਕਲਾਸ ਵੀ ਹੈ ਉਹਦੇ ਚ ਮਿਡਲ ਕਲਾਸ ਵੀ ਹੈ ਉਹਦੇ ਚ ਪੂਰ ਵੀ ਹੈ ਹੁਣ ਐਂਟੋਨੀਓ ਗ੍ਰਾਮਚੀ ਦੇ ਦਸਵਾਲ ਨੇ ਵੀ ਆਰ ਇਹ ਤਰ੍ਹਾਂ ਦਾ ਸਾਡੇ ਨਾਲ ਚਾਹੀਦੀਆਂ ਸੀਗੀਆਂ ਤੇ ਤਰ੍ਹਾਂ ਉਧਰ ਕਿਵੇਂ ਚਲੀ ਗਈਆਂ ਫਿਰ ਉਹਨਾਂ ਨੂੰ ਇਹ ਗੱਲ ਸਮਝ ਆਉਂਦੀ ਹੈ ਵੀ ਦਰਸਲ ਇਹਨਾਂ ਤਰ੍ਹਾਂ ਦਾ ਜਿਹੜਾ ਆਰਗੈਨਿਕ ਇੰਟੈਲੈਕਚੁਅਲ ਹੈ ਉਹਨੇ ਇੱਕ ਉਹਨੇ ਇੱਕ ਬਹੁਤ ਖੂਬਸੂਰਤ ਕੰਮ ਕਰਿਆ ਉਹਨੇ ਇੱਕ ਦੂਜੇ ਦੇ ਨਾਲ ਜਿਹੜੀਆਂ ਤਰ੍ਹਾਂ ਨੇ ਉਹਨਾਂ ਨਾਲ ਇੱਕ ਸੋਲੀਡੈਰਿਟੀ ਬਿਲਡ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਮੈਂ ਸੋਲੀਡੈਰਿਟੀ ਕਹਿ ਰਿਹਾ ਹਾਂ ਉਦੋਂ ਮੈਂ ਇਹ ਕਹਿ ਰਿਹਾ ਹਾਂ ਵੀ ਸਾਰੀਆਂ ਤਰ੍ਹਾਂ ਦਾ ਆਪਣਾ ਆਪਣਾ ਐਕਸਪੀਰੀਅੰਸ ਹੁੰਦਾ ਤੁਸੀਂ ਕਿਸ ਦੂਜੀਆਂ ਤਰ੍ਹਾਂ ਦਾ ਐਕਸਪੀਰੀਅੰਸ ਸ਼ੇਅਰ ਕਰਦੇ ਹੋ ਉਹਦੇ ਚੋਂ ਇੱਕ ਆਮ ਸਹਿਮਤੀ ਕਾਮਨਸ ਕੰਸੈਂਸਸ ਕਾਮਨ ਸੈਂਸ ਤੇ ਪਹੁੰਚਦੇ ਹੋ ਤੇ ਉਹਦੇ ਚੋਂ ਕੋਈ ਆਪਣਾ ਇੱਕ ਤਿਰ ਜਿਹਦੇ ਖਿਲਾਫ ਤੁਸੀਂ ਲੜਾਈ ਵਧਣੀ ਹੋਊਗੀ ਉਹਦੀ ਪਛਾਣ ਕਰਦੇ ਹੋ ਅਦਰਵਾਈਜ਼ ਉਹ ਫ੍ਰੈਗਮੈਂਟਡ ਹੈ ਜਿਹੜੀ ਕੱਲ ਵੀ ਗੱਲ ਹੋਈ ਸਵਾਲਟਰਨ ਫ੍ਰੈਗਮੈਂਟਡ ਵੀ ਹੈ ਟੁੱਟਵੀਂ ਵੀ ਵੀ ਹੈ ਉਹ ਇੱਕ ਦੂਜੇ ਦੇ ਨਾਲ ਉਹਦਾ ਕੋਈ ਰਿਸ਼ਤਾ ਨਹੀਂ ਬਣਦਾ ਦਿਖਦਾ ਉਹਦੇ ਚ ਉਹਨਾਂ ਨੂੰ ਇਹ ਲੱਗਦਾ ਵੀ ਬੈਣੀ ਤਾਂ ਮੁਸਲੂ ਨਹੀਂ ਹੋਣੀ ਇਸ ਕਰਕੇ ਫਾਸੀਵਾਦੀ ਇਸ ਕਰਕੇ ਸੱਤਾ ਤੇ ਕਾਬਜ਼ ਹੋ ਪਾਏ ਵੀ ਉਹ ਤਰ੍ਹਾਂ ਜਿਹੜੀਆਂ ਸਵਾਲਟਰਨ ਸੀਗੀਆਂ ਉਹਨਾਂ ਤਰ੍ਹਾਂ ਨੂੰ ਉਹਨਾਂ ਨੇ ਕਨਵਿੰਸ ਕਰ ਲਿਆ ਵੀ ਜੇ ਅਸੀਂ ਸੱਤਾ ਤੇ ਆ ਜਾਾਂਗੇ ਤੇ ਤੁਹਾਡਾ ਜਿਹੜਾ ਹੈਗਾ ਉਹ ਪਲਾ ਹੋ ਸਕਦਾ ਇਸ ਕਰਕੇ ਮੈਨੂੰ ਲੱਗਦਾ ਵੀ ਜਿਹੜਾ ਇਹ ਦੂਜਾ ਪੁਆਇੰਟ ਹੈ ਜਿਹੜਾ ਸੋਲੀਡੈਰਿਟੀਜ਼ ਬਿਲਡ ਕਰਨ ਵਾਲਾ ਪੁਆਇੰਟ ਹੈ ਇਹ ਪੁਆਇੰਟ ਬਹੁਤ ਕ੍ਰੂਸ਼ੀਅਲ ਹੈ ਸਾਡੇ ਵਾਸਤੇ ਕਿਉਂਕਿ ਅਸੀਂ ਜਿਸ ਸਮਾਜ ਚ ਰਹਿ ਰਹੇ ਹਾਂ ਜਿੱਥੇ ਅਸੀਂ ਰਹਿ ਰਹੇ ਹਾਂ ਉਹਦੇ ਚ ਜੇ ਅਸੀਂ ਕੋਈ ਚੀਜ਼ ਦੀ ਵਿਕਟਰੀ ਜਾਂ ਜਿੱਤ ਹਾਸਲ ਕਰਨੀ ਹੈ ਫਿਰ ਉਹ ਸੋਲੀਡੈਰਿਟੀਆਂ ਦੇ ਜ਼ਰੀਏ ਆਏਗੀ ਇਸ ਕਰਕੇ ਉਹ ਜਿਹੜਾ ਸਵਾਲ ਹੈ ਬਈ ਬੀਬੀਆਂ ਤੇ ਨਿੱਗ ਦਾ ਜ਼ਿਆਦਾ ਆਜ਼ਾਦੀ ਦੇ ਨਿੱਗ ਦਾ ਮਾਨ ਹੈ ਔਰ ਇਹ ਤੇ ਮੁੜ ਕੇ ਵਿਚਾਰ ਕਰਨਾ ਚਾਹੀਦਾ ਕਿ ਉਹ ਕਿਸ ਸੋਲੀਡੈਰਿਟੀ ਵੱਲ ਨੂੰ ਮੂਵ ਕਰਦਾ ਹੈ ਜਾਂ ਅਸੀਂ ਉਹਨਾਂ ਨੂੰ ਵੀ ਹਲੇ ਆਈਸੋਲੇਸ਼ਨ 'ਚ ਦੇਖਦੇ ਹਾਂ ਮੈਂ ਸਿਰਫ ਇੱਕ ਜੈਨੂ ਦੀ ਐਗਜ਼ਾਮਪਲ ਦੇ ਨਾਲ ਆਪਣੀ ਗੱਲ ਖਤਮ ਕਰਨੀ ਹੈ ਅ ਬਹੁਤ ਸਮਾਂ ਪਹਿਲਾਂ ਜੈਨੂ 'ਚ ਐਸਆਰ ਗਿਲਾਨੀ ਉਹਨਾਂ ਨੂੰ ਸੱਦਿਆ ਗਿਆ ਐਸਆਰ ਗਿਲਾਨੀ ਤੇ ਚਾਰਜ ਲੱਗਿਆ ਵੀ ਉਹਨਾਂ ਨੇ ਪਾਰਲੀਮੈਂਟ ਅਟੈਕ ਕੀਤਾ ਸੁਪਰੀਮ ਕੋਰਟ 'ਚੋਂ ਉਹ ਬਰੀ ਹੋਏ ਉਹਨਾਂ ਨੂੰ ਜੈਨੂ ਸੱਦਣਾ ਜੈਨੂ ਸੱਦਿਆ ਕਿਨੇ ਜੈਨੂ ਸੱਦਿਆ ਇੱਕ ਲੈਫਟ ਪਾਰਟੀ ਨੇ ਇੱਕ ਖਬ ਪੱਖੀ ਵਿਦਿਆਰਥੀ ਜਥੇਬੰਦੀ ਨੇ ਉਹ ਆਏ ਤੇ ਵਿਰੋਧ ਹੋਇਆ ਵੱਡਾ ਵਿਰੋਧ ਹੋਇਆ ਵਿਰੋਧ ਕਰਿਆ ਆਈ ਵੀ ਵੀ ਪੀ ਨੇ ਜੇ ਬਾਕੀ ਸਾਰੇ ਜਾਣਿਆਂ ਨੇ ਹੁਣ ਉਸ ਜਥੇਬੰਦੀ ਵਾਸਤੇ ਇਹ ਸੰਕਟ ਪੈਦਾ ਹੋ ਗਿਆ ਵੀ ਯਾਰ ਇਹ ਕਿਤੇ ਫਿਜ਼ੀਕਲ ਅਟੈਕ ਨਾ ਹੋ ਜੇ ਇਹਦਾ ਕਰੀਏ ਕਿਆ ਤੇ ਉਸ ਜਥੇਬੰਦੀ ਨੇ ਬਾਕੀਆਂ ਨਾਲ ਮਿਲ ਕੇ ਤੈਅ ਕੀਤਾ ਵੀ ਆਪਾਂ ਇੱਕ ਮਾਰਚ ਕਰਦੇ ਆਂ ਆਪਣਾ ਆਪਣੀ ਸਟਰੈਂਥ ਦੇਖ ਲਈਏ ਕਿੰਨੀ ਕ ਹੈ ਹੁਣ ਉਸ ਮਾਰਚ ਚ ਤੁਸੀਂ ਇਮੇਜਿਨ ਕਰੋ ਕਟੋ-ਕਟ 850 900 ਸਟੂਡੈਂਟ ਹੈ ਜਿਹੜਾ ਉਸ ਮਾਰਚ ਚ ਸ਼ਾਮਲ ਹੈ ਅਰ ਉਸ ਮਾਰਚ ਚ ਕੱਲੇ ਲੈਫਟਧਰਾਂ ਨਹੀਂ ਸ਼ਾਮਲ ਹੈਗੀਆਂ ਔਮਨ ਵੱਡੀ ਸੰਖਿਆ ਚ ਸ਼ਾਮਲ ਹੈ ਮੁਸਲਮ ਵੱਡੀ ਸੰਖਿਆ ਚ ਸ਼ਾਮਲ ਹੈ ਕਸ਼ਮੀਰੀ ਮੁਸਲਮ ਵੱਡੀ ਸੰਖਿਆ ਚ ਸ਼ਾਮਲ ਹੈ ਉਹਦੇ ਚ ਦਲਿਤ ਵੱਡੀ ਸੰਖਿਆ ਚ ਸ਼ਾਮਲ ਹੈ ਟ్రਾਈਬਲ ਸ਼ਾਮਲ ਹੈ ਬਹੁਤ ਸਾਰੇ ਜਿਹੜੇ ਗਰੀਬ ਪਰਿਵਾਰਾਂ ਚੋਂ ਆਉਂਦੇ ਨੇ ਉਹ ਸ਼ਾਮਲ ਨੇ ਜਿਹੜੇ ਕੁਇਰ ਗਰੁੱਪ ਵਾਲੇ ਨੇ ਉਹ ਸ਼ਾਮਲ ਨੇ ਹੁਣ ਸਵਾਲ ਪੈਦਾ ਇਹ ਹੁੰਦਾ ਵੀ ਉਹਨਾਂ ਦਾ ਕੀ ਗਿਲਾਨੀ ਨਾਲ ਰਿਸ਼ਤਾ ਹੈ ਸ਼ਾਇਦ ਉਹਨਾਂ ਦਾ ਗਿਲਾਨੀ ਨਾਲ ਰਿਸ਼ਤਾ ਨਾ ਹੋਵੇ ਪਰ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਵੀ ਜਿਸ ਬੋਲਣ ਦੀ ਆਜ਼ਾਦੀ ਨੂੰ ਗਿਲਾਨੀ ਨੂੰ ਰੋਕਿਆ ਜਾ ਰਿਹਾ ਹੈ ਉਸੇ ਬੋਲਣ ਦੀ ਆਜ਼ਾਦੀ ਤੋਂ ਸਾਨੂੰ ਵੀ ਰੋਕਿਆ ਜਾਂਦਾ ਹੈ ਇਸ ਕਰਕੇ ਇਹ ਬੈਟਲ ਗਿਲਾਨੀ ਦੀ ਬੈਟਲ ਨਹੀਂ ਹੈ ਇਹ ਬੈਟਲ ਉਸ ਜਥੇਬੰਦੀ ਦੀ ਬੈਟਲ ਨਹੀਂ ਹੈ ਇਹ ਬੈਟਲ ਉਹਨਾਂ ਦੀ ਆਪਣੀ ਹੈ ਇਹ ਲੜਾਈ ਉਹਨਾਂ ਦੀ ਆਪਣੀ ਹੈ ਕਿਉਂਕਿ ਜਿਸ ਸਮਾਜ 'ਚ ਉਹਨਾਂ ਨੇ ਰਹਿਣਾ ਹੈ ਉਹ ਸਮਾਜ 'ਚ ਉਹਨਾਂ ਨੇ ਬੋਲਣ ਯੋਗ ਹੋਣਾ ਹੈ ਇਸ ਕਰਕੇ ਉਹ ਇੱਕ opposition ਨੂੰ ਪਛਾਣ ਕਰ ਸਕੇ ਉਸ opposition ਚ ਉਹ ਸੋਲੀਡੈਰਿਟੀ ਨੂੰ ਬਿਲਡ ਕਰ ਸਕੇ ਮੈਨੂੰ ਲੱਗਦਾ ਵੀ ਅਸੀਂ ਇੱਥੇ ਬੈਠੇ ਇਹਨਾਂ ਯੂਨੀਵਰਸਿਟੀਆਂ ਚ ਬੈਠੇ ਸਾਡਾ ਉਹ ਫਰਜ਼ ਬਣਦਾ ਵੀ ਅਸੀਂ ਉਹ ਸੋਲੀਡੈਰਿਟੀ ਨੂੰ ਬਿਲਡ ਕਰ ਸਕੀਏ ਗੋਪਾਲ ਗੁਰੂ ਉਹਨਾਂ ਦਾ ਇੱਕ ਲੇਖ ਹੈ ਬਸ ਮੈਂ ਇੱਕੋ ਹੀ ਲਾਈਨ ਕਹਿਣੀ ਆ ਉਹ ਆਪਣੇ ਲੇਖ ਚ ਇੱਕ ਸਵਾਲ ਕਰਦੇ ਨੇ ਉਹ ਸਵਾਲ ਇਹ ਕਰਦੇ ਨੇ ਆਰ ਵੀ ਡੂਇੰਗ ਸੋਸ਼ੀਅਲੀ ਨੈਸੈਸਰੀ ਇੰਟੈਲੈਕਚੁਅਲ ਲੇਬਰ ਵੀਕਾ ਅਸੀਂ ਇਸ ਸਮਾਜਿਕ ਹਾਲਤਾਂ ਨੂੰ ਸਮਝਣ ਲਈ ਜਿਹੜੀ ਲੁੜਿੰਦੀ ਬૌਧਿਕ ਮੁਸ਼ਕਲਤ ਹੈ ਉਹ ਕਰ ਵੀ ਰਹੇ ਹਾਂ ਕਿ ਨਹੀਂ ਮੈਨੂੰ ਲੱਗਦਾ ਵੀ ਇਹੀ ਸਾਡੇ ਭਵਿੱਖੀ ਕਾਰਜ ਨੇ ਇਹਨਾਂ ਦੇ ਆਨਸਰ ਚੋਂ ਹੀ ਸਾਡੇ ਭਵਿੱਖ ਦੇ ਕਾਰਜ ਨੇ ਜਿਹੜੇ ਉਗੜਦੇ ਨੇ ਧੰਨਵਾਦ ਬਹੁਤ ਬਹੁਤ